ਪਿਛਲੇ 10 ਸਾਲਾਂ ਤੋਂ ਲਗਾਤਾਰ ਅਸੀਂ ਇਹ ਕੈਂਪ ਲਾ ਰਹੇ ਹਾਂ। ਜਿਹੜਾ ਵੀ ਉਰੇ ਬੰਦਾ ਪ੍ਰਣ ਕਰਦਾ ਉਹਦੇ ਅਸੀਂ ਮਤਲਬ ਦਸਤਾਰ ਸਜਾ ਕੇ ਉਹਨੂੰ ਭੇਜਦੇ ਹਾਂ ਜੀ। ਬਾਕੀ ਜਿਹੜਾ ਲੋੜਵੰਦ ਆ ਉਹਨੂੰ ਅਸੀਂ ਦਸਤਾਰਾਂ ਦਿੰਦੇ ਹਾਂ। ਜਿਹੜੇ ਬੰਦੇ ਨੇ ਅੱਜ ਤੋਂ ਕਹਿਤਾ ਵੀ ਅੱਜ ਤੋਂ ਮੈਂ ਦਾੜੀ 'ਤੇ ਕੇਸ ਨਹੀਂ ਕਤਲ ਕਰਾਉਂਦਾ, ਉਹਨੂੰ ਪੱਕੇ ਤੌਰ 'ਤੇ ਉਹ ਮੁੰਡੇ ਬੈਠੇ ਨੇ ਜੀ, ਉਹਨੂੰ 7.5 ਮੀਟਰ ਦੀ ਦਸਤਾਰ ਸਜਾ ਕੇ ਤੋਰਦੇ ਹਾਂ। ਪੰਜਾਬ ਦੇ ਮਤਲਬ ਵੱਖ ਵੱਖ ਕੋਨਿਆਂ ਤੋਂ ਕੋਚ ਸਾਹਿਬਾਨ ਆਏ ਹੋਏ ਨੇ ਸਾਡੇ ਕੋਲ। ਜਿਵੇਂ ਹੁਣ ਅਸੀਂ ਪੜ੍ਹਨ ਕਰਕੇ ਜੀ ਵਾਹਿਗੁਰੂ ਖਾਲਸਾ ਫਤਿਹ ਜਕਾਰਾ ਛਡਾ ਕੇ ਵੀਰ ਜੀ ਤੋਂ ਦਵਾਇਆ, ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ ਵਾ, ਅਤੇ ਸਾਡਾ ਵੀ ਫਰਜ਼ ਆ ਕਿ ਇਹ ਵੀ ਕੁਛ ਆਪਣਾ ਸਿੱਖੀ ਨੂੰ ਅੱਗੇ ਤੋਂ ਅੱਗੇ ਜ਼ਿਆਦਾ ਵਧਾਈਏ। ਸਾਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਗਏ ਕਿ ਤੁਸੀਂ ਦਾੜੀ ਕੇਸ ਕਟਾ ਕੇ ਤੁਸੀਂ ਸਾਡਾ ਧਰਮ ਅਪਣਾ ਲਓ। ਬਹੁਤ ਸਾਰੇ ਜਿਹੜੇ ਹੈਗੇ ਆ ਆਪਾਂ ਨੂੰ ਉਹ ਸਾਹਿਬਜ਼ਾਦਿਆਂ ਨੂੰ ਦਿੱਤੇ ਗਏ, ਰਾਜ ਭਾਗ ਦੇ ਦਿੱਤੇ ਗਏ, ਹੀਰੇ ਮੋਤੀ, ਹੈ ਨਾ। ਉਹਨਾਂ ਨੇ ਕੁੜੀਆਂ ਤੱਕ ਵੀ ਪੇਸ਼ ਕੀਤੀਆਂ ਗਈਆਂ ਕਿ ਤੁਸੀਂ ਤੁਹਾਨੂੰ ਚਾਹੀਦੇ ਨੇ ਵਿਆਹ ਕਰਾਉਣ ਵਾਸਤੇ, ਤੁਹਾਨੂੰ ਉਹ ਵੀ ਦੇਵਾਂਗੇ। ਪਰ ਅੱਜ ਦੇ ਸਮੇਂ ਵਿੱਚ ਜਿਹੜਾ ਨੌਜਵਾਨ ਹੈ, ਮੈਨੂੰ ਸਮਝ ਨਹੀਂ ਆਉਂਦੀ ਕਿ ਨੌਜਵਾਨ ਨੂੰ ਕਿਹੜਾ ਲਾਲਚ ਹੈ, ਕਿਹੜੀ ਚੀਜ਼ ਦਾ ਲਾਲਚ ਹੈ ਜਿਹੜਾ ਉਹ ਆਪਣੇ ਦਾੜੀ ਕੇਸ ਕਤਲ ਕਰਾਈ ਜਾਂਦਾ। ਪਿਛਲੇ ਸਾਲ ਜਿਹੜੇ ਪ੍ਰਣ ਕਰਕੇ ਗਏ ਸੀਗੇ ਉਹ ਦੁਬਾਰਾ ਸਾਨੂੰ ਇੱਥੇ ਮਿਲਣ ਆਉਂਦੇ ਨੇ। ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਪੁਰਾਣੇ ਬੱਚੇ ਇੱਥੋਂ ਦਸਤਾਰ ਲੈ ਕੇ ਜਾਂਦੇ ਨੇ, ਉਹ ਕਹਿੰਦੇ ਜੀ ਦਸਤਾਰ ਪਿਛਲੇ ਸਾਲ ਤੁਹਾਡੇ ਕੋਲ ਲਈ ਸੀਗੀ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਦਾੜੇ 'ਤੇ ਪ੍ਰਕਾਸ਼ ਕੀਤੇ ਹੋਏ ਨੇ, ਹੈ ਨਾ। ਆਪਣੀ ਦਸਤਾਰ ਸਿੱਖੀ ਵੀ ਹੋਈ ਆ ਅਤੇ ਸਿਖਾਉਂਦੇ ਵੀ ਨਹੀਂ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਮੌਜੂਦ ਹਾਂ, ਜਿੱਥੇ ਸ਼ਹੀਦੀ ਸਮਾਗਮ ਨੇ ਜਿਹੜੇ ਚੱਲ ਰਹੇ ਨੇ। ਦੇਸਾਂ ਵਿਦੇਸਾਂ ਤੋਂ ਸਿੱਖ ਸੰਗਤਾਂ ਨਮਨ ਕਰਨ ਦੇ ਲਈ ਪਹੁੰਚ ਰਹੀਆਂ ਨੇ ਸ਼ਹੀਦਾਂ ਨੂੰ। ਸੋ ਤਰ੍ਹਾਂ ਤਰ੍ਹਾਂ ਦੇ ਜਿਹੜੇ ਇੱਥੇ ਪਿੰਡਾਂ ਵੱਲੋਂ ਉਪਰਾਲੇ ਨੇ ਕੀਤੇ ਜਾਂਦੇ ਨੇ, ਲੰਗਰ ਲਗਾਏ ਗਏ ਨੇ, ਪਰ ਇੱਕ ਵੱਖਰਾ ਉਪਰਾਲਾ ਤੁਹਾਨੂੰ ਦਿਖਾ ਰਿਹਾ। ਦਸਤਾਰਾਂ ਦਾ ਲੰਗਰ ਲਗਾਇਆ ਗਿਆ ਏ 26, 27, 28 ਦਸੰਬਰ। ਇਹ ਦਸਤਾਰਾਂ ਦਾ ਲੰਗਰ ਇਸੇ ਤਰ੍ਹਾਂ ਚੱਲਣਾ ਹੈ। ਸੋ ਫਲੈਕਸ ਸ਼ਾਇਦ ਪਿਛਲੇ ਸਾਲ ਦਾ ਹੀ ਆ, ਉੱਦਾਂ ਹਰ ਸਾਲ ਵੀਰੋਂ ਨਹੀਂ ਉਪਰਾਲੇ ਕਰਦੇ ਨੇ। ਸੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦੇਖ ਰਹੇ ਹੋ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ। ਪ੍ਰਣ ਕਰਕੇ ਜਿਹੜਾ ਕੇਸ ਕਤਲ ਨਹੀਂ ਕਰਾਊਗਾ, ਜਿਹੜਾ ਸਿੱਖੀ ਸਿਧਾਂਤਾਂ ਨਾਲ ਜੁੜੂਗਾ, ਉਹਨਾਂ ਨੂੰ ਦਸਤਾਰ ਦਿੱਤੀ ਜਾ ਰਹੀ ਆ। ਸੋ ਮੈਨੇਜਮੈਂਟ ਹੈ ਜਿਹੜੇ ਉਪਰਾਲਾ ਕਰ ਰਹੇ ਨੇ, ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਹ ਜਿਹੜਾ ਉਪਰਾਲਾ ਕੀਤਾ ਗਿਆ, ਦਸਤਾਰਾਂ ਦਾ ਲੰਗਰ ਲਗਾਇਆ ਗਿਆ, ਇਹ ਕਿਹੜੀ ਸੰਸਥਾ ਹੈ ਜੀ, ਕਿੱਦਾਂ ਕਿਸ ਤਰ੍ਹਾਂ ਜਿਹੜਾ ਸਾਰਾ ਸੈਟਿੰਗ ਚੱਲ ਰਹੀ ਹੈ? ਪਿਛਲੇ 10 ਸਾਲਾਂ ਤੋਂ ਲਗਾਤਾਰ ਅਸੀਂ ਇਹ ਕੈਂਪ ਲਾ ਰਹੇ ਹਾਂ। ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਸ਼੍ਰੋਮਣੀ ਕਮੇਟੀ ਦੇ ਸਹਿਯੋਗ ਅਤੇ NRI ਨੇ, ਜਿਹੜੇ ਭਰਾ ਸਾਡੇ ਜਿਵੇਂ ਜੱਸੀ ਵੀਰਾ ਇੰਗਲੈਂਡ ਤੋਂ ਆਇਆ, ਨਾਲ ਇਹਦੇ ਆਏ ਨੇ, ਇਹ ਸਾਰਿਆਂ ਦਾ ਸਾਡਿਆਂ ਦਾ ਰਲ ਕੇ ਉੱਦਮ ਕਰਦੇ ਹੁੰਦੇ ਹਾਂ ਅਸੀਂ। ਜਿਹੜਾ ਵੀ ਉਰੇ ਬੰਦਾ ਪ੍ਰਣ ਕਰਦਾ ਉਹਦੇ ਅਸੀਂ ਮਤਲਬ ਦਸਤਾਰ ਸਜਾ ਕੇ ਉਹਨੂੰ ਭੇਜਦੇ ਹਾਂ ਜੀ। ਬਾਕੀ ਜਿਹੜਾ ਲੋੜਵੰਦ ਆ ਉਹਨੂੰ ਅਸੀਂ ਦਸਤਾਰਾਂ ਦਿੰਦੇ ਹਾਂ। ਪ੍ਰਣ ਕਿੱਦਾਂ ਭਾਜੀ, ਕਿੱਦਾਂ ਪ੍ਰਣ ਕਰਦਾ ਇਹ, ਕਿੱਦਾਂ ਕਿਹਾ? ਜਿਹੜੇ ਬੰਦੇ ਨੇ ਅੱਜ ਤੋਂ ਕਹਿਤਾ ਵੀ ਅੱਜ ਤੋਂ ਮੈਂ ਦਾੜੀ 'ਤੇ ਕੇਸ ਨਹੀਂ ਕਤਲ ਕਰਾਉਂਦਾ, ਉਹਨੂੰ ਪੱਕੇ ਤੌਰ 'ਤੇ ਉਹ ਮੁੰਡੇ ਬੈਠੇ ਨੇ ਜੀ, ਉਹਨੂੰ 7.5 ਮੀਟਰ ਦੀ ਦਸਤਾਰ ਸਜਾ ਕੇ ਤੋਰਦੇ ਹਾਂ। ਪੰਜਾਬ ਦੇ ਮਤਲਬ ਵੱਖ ਵੱਖ ਕੋਨਿਆਂ ਤੋਂ ਕੋਚ ਸਾਹਿਬਾਨ ਆਏ ਹੋਏ ਨੇ ਸਾਡੇ ਕੋਲ। ਬਾਕੀ ਜਿਹੜੇ ਮਤਲਬ ਆਮ ਤੌਰ 'ਤੇ ਸ਼ੌਕੀਆ ਤੌਰ 'ਤੇ ਵੀ ਅਗਲੇ ਪੱਗ ਬਣਾਉਣਾ ਚਾਹੁੰਦੇ ਆ, ਉਹ ਵੀ ਬਣਾ ਕੇ ਅਗਲੇ ਚਲੇ ਜਾਂਦੇ ਆ, ਅਤੇ ਜੇ ਕਿਸੇ ਨੇ ਸਿੱਖਣੀ ਆ 3 ਦਿਨ ਉਹ ਵੀ ਸਿੱਖ ਸਕਦਾ। 3 ਦਿਨ ਇੱਥੇ ਸਿਖਲਾਈ ਕੈਂਪ, 27, 28 ਤਿੰਨੇ ਦਿਨ ਸਿਖਲਾਈ ਕੈਂਪ ਵੀ ਆ, ਅਤੇ
ਮਤਲਬ ਦਮਾਲਾ ਕੈਂਪ ਵੀ ਆ, ਪਰਲੇ ਪਾਸੇ ਸਾਡਾ ਬਲੱਡ ਕੈਂਪ ਵੀ ਲਾਇਆ ਹੈ। ਪ੍ਰੋਪਰ 3 ਦਿਨ ਇਸੇ ਕੰਮ 'ਤੇ ਚੱਲੀ ਜਾਂਦਾ, ਸੰਗਤ ਆਈ ਜਾਂਦੀ ਆ, ਜਾਈ ਜਾਂਦੀ ਆ, ਬਣਾ ਕੇ ਬੱਚੇ ਵੀ ਆਉਂਦੇ ਆ, ਬਜ਼ੁਰਗ ਵੀ ਆਉਂਦੇ ਆ। ਆਹ ਹੁਣ ਜਿਹੜੇ ਇਹ ਮੁੰਡਾ ਖੜਾ, ਇਹਨੇ ਪ੍ਰਣ ਕਰਨਾ ਕਿ ਅੱਜ ਤੋਂ ਬਾਅਦ ਮੈਂ ਪੱਕੇ ਤੌਰ 'ਤੇ ਦਾੜੀ ਕੇਸ ਨਹੀਂ ਕਤਲ ਕਰਾਉਂਦਾ। ਹਾਂਜੀ ਭਾਅ ਜੀ, ਅੱਗੇ ਆ ਜਾਓ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਕੀ ਨਾਮ ਆ ਜੀ? ਦੀਪਕ ਸਿੰਘ। ਦੀਪਕ ਸਿੰਘ ਜੀ, ਕਿੱਥੋਂ ਆਏ ਹੋ ਤੁਸੀਂ? ਮੈਂ ਚੰਡੀਗੜ੍ਹ ਤੋਂ ਆਇਆ ਜੀ। ਕਿਸ ਤਰ੍ਹਾਂ ਅੱਜ ਸ਼ਹੀਦਾਂ ਦੀ ਪਾਵਨ ਧਰਤੀ 'ਤੇ ਪਹੁੰਚੇ ਹੋ? ਇੱਥੇ ਬਹੁਤ ਸਾਰੇ ਉਪਰਾਲੇ ਨੇ ਵੀਰਾਂ ਵੱਲੋਂ ਕੀਤੇ ਜਾ ਰਹੇ ਨੇ, ਕਿਸ ਤਰ੍ਹਾਂ ਲੱਗਿਆ ਅਤੇ ਕਿੱਦਾਂ ਤੁਹਾਡੇ ਮਨ 'ਚ ਆਇਆ, ਪ੍ਰਣ ਕੀਤਾ ਅੱਜ ਤੁਸੀਂ ਕਿ ਅੱਜ ਤੋਂ ਬਾਅਦ ਮੈਂ ਕੇਸ ਕਤਲ ਨਹੀਂ ਕਰਾਊਂਗਾ ਅਤੇ ਦਸਤਾਰ ਸਜਾਊਂਗਾ? ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ ਵਾ, ਅਤੇ ਸਾਡਾ ਵੀ ਫਰਜ਼ ਆ ਕਿ ਇਹ ਵੀ ਕੁਛ ਆਪਣਾ ਸਿੱਖੀ ਤੋਂ ਅੱਗੇ ਜ਼ਿਆਦਾ ਵਧਾਈਏ। ਹਾਂਜੀ ਵੀਰ ਨੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਕੀ ਨਾਮ ਹੈ ਜੀ? ਮੇਰਾ ਨਾਮ ਜਸਦੇਵ ਸਿੰਘ, ਮੈਂ ਇੰਗਲੈਂਡ ਤੋਂ ਆਇਆ ਜੀ। ਅਤੇ ਇੱਥੇ ਜੋ ਵੀਰ ਨੇ ਸੇਵਾ ਲਾਈ ਅਤੇ ਅਸੀਂ ਇੱਥੇ ਪਹੁੰਚੇ ਹਾਂ ਜੀ। ਵੀਰ ਜੀ, ਬਹੁਤ ਸਾਰੇ ਇੱਦਾਂ ਦੇ ਉਪਰਾਲੇ ਜਿਹੜੇ ਵੀਰੇ ਕਰ ਰਹੇ ਨੇ, ਕਾਫੀ ਲੰਮੇ ਟਾਈਮ ਤੋਂ ਉਪਰਾਲੇ ਚੱਲ ਰਹੇ ਨੇ, ਅਤੇ ਲੱਗਦਾ ਇਹ ਉਪਰਾਲਿਆਂ ਦਾ ਬੂਰ ਆ ਜਿਹੜਾ ਪਿਆ ਇਹ ਸਾਨੂੰ, ਜਿੱਦਾਂ ਸ਼ਹੀਦੀ ਸਮਾਗਮ ਨੇ ਇਹਨਾਂ ਦੇ ਵਿੱਚ ਦਸਤਾਰਾਂ ਵਾਲੇ ਨੌਜਵਾਨ ਬਹੁਤ ਦਿਖ ਰਹੇ ਨੇ। ਹਾਲਾਂਕਿ ਪਹਿਲਾਂ ਹੁੰਦਾ ਸੀ ਟੋਪੀਆਂ ਲੱਤੀਆਂ ਸੀਗੀਆਂ, ਬਹੁਤ ਇੱਦਾਂ ਦੇ ਲੋਕ ਆਉਂਦੇ ਸੀਗੇ, ਪਰ ਹੁਣ ਇਹਦਾ ਫਰਕ ਪਿਆ ਏ। ਹਾਂਜੀ, ਬਹੁਤ ਜ਼ਿਆਦਾ ਫਰਕ ਪਿਆ ਵਾ, ਅਤੇ ਹੁਣ ਇਹ ਪਿਛਲੇ 10 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਨੇ, ਅਤੇ ਜਿਹੜੇ ਵੀ ਨੌਜਵਾਨ ਹੋਰ ਜਿਹੜੇ ਬਾਕੀ ਰਹਿੰਦੇ ਨੇ ਤਾਂ ਉਹ ਇੱਥੇ ਪ੍ਰਣ ਕਰਕੇ ਜਾਂਦੇ ਨੇ ਕਿ ਅੱਗੇ ਤੋਂ ਅਸੀਂ ਦਸਤਾਰ ਸਜਾਵਾਂਗੇ ਅਤੇ ਵਾਲ ਨਹੀਂ ਕਟਾਵਾਂਗੇ, ਤਾਂ ਉਹਨਾਂ ਨੂੰ ਇਹ ਜਿਹੜਾ ਫ੍ਰੀ ਜਿਹੜੀਆਂ ਦਸਤਾਰਾਂ ਨੇ ਉਹ ਭੇਟ ਕਰਦੇ ਆ। ਅਤੇ ਇਹਨਾਂ ਦਾ ਬਹੁਤ ਵੱਡਾ ਜਿਹੜਾ ਰੋਲ ਆ, ਪਿਛਲੇ 10 ਸਾਲਾਂ ਤੋਂ ਇਹ ਨਿਰੰਤਰ ਸੇਵਾ ਕਰਦੇ ਨੇ। ਵੀਰ ਜੀ, ਕਿਸ ਤਰ੍ਹਾਂ ਦਾ ਉਤਸ਼ਾਹ ਦਿਖ ਰਿਹਾ ਇਹ ਨੌਜਵਾਨਾਂ ਦੇ ਵਿੱਚ, ਬੱਚਿਆਂ ਦੇ ਵਿੱਚ? ਇਹ ਆਪ ਮੁਹਾਰੇ ਤੁਹਾਨੂੰ ਪਤਾ ਲੱਗ ਜੂ, ਖੜ੍ਹ ਜੋ ਹੋਰ ਆਈ ਜਾਂਦੀ ਹੈ, ਸੰਗਤ ਜਾਈ ਜਾਂਦੀ ਹੈ, ਇੱਕ ਆਹ ਖੜ੍ਹਾ ਤਿਆਰ, ਇੱਕ ਹੋਰ ਆ ਮੁੰਡਾ, ਉਹ ਆਪਣੇ ਆਪ ਹੀ ਸੰਗਤ ਜਿਹੜਾ ਉਰੇ ਇੱਕ ਵਾਰੀ ਆ ਗਿਆ, ਹਰੇਕ ਵਾਰ ਆਪਣੇ ਆਪ ਆਉਂਦਾ, ਜਿਹਨੇ ਰੱਖ ਲਏ ਉਹ ਅਗਲੀ ਵਾਰੀ ਹੋਰ ਲੈ ਕੇ ਆਉਂਦਾ। ਇਹ 3 ਦਿਨ ਲਗਾਤਾਰ ਜਿਹੜਾ ਸੰਗਤ ਦਾ ਪੜਾਅ ਵੱਧਦਾ ਹੀ ਜਾਂਦਾ, ਵੱਧਦਾ ਹੀ ਹੁੰਦਾ ਜਾਂਦਾ ਜੀ। ਹਾਂਜੀ, ਉਹ ਵੀ ਸੰਗਤਾਂ ਆਉਂਦੀਆਂ ਹੋਣੀਆਂ ਜੋ ਪਿਛਲੀ ਵਾਰ ਇੱਥੇ ਦਸਤਾਰਾਂ ਸਜਾ ਕੇ ਗਈਆਂ ਸੀਗੀਆਂ, ਅੱਜ ਸਿੰਘ ਸਜੇ ਵੇ ਨੇ, ਉਹ ਵੀ ਮਿਲਦੇ ਹੋਣੇ ਆ? ਉਹ ਦਸਤਾਰਾਂ ਲੈ ਕੇ ਆਉਂਦੇ ਆ ਜੀ, ਆਪ ਤਾਂ ਜਿਹੜੇ ਨਾਲ ਆਉਂਦੇ ਆ, ਨਾਲ ਹੋਰ ਸਿੰਘ ਲੈ ਕੇ ਆਉਂਦੇ ਆ, ਅਤੇ ਨਾਲ ਦਸਤਾਰਾਂ ਦੀ ਸੇਵਾ ਵੀ ਲੈ ਕੇ ਆਉਂਦੇ ਹਨ। ਜਿਵੇਂ ਹੁਣ ਜਸੀ ਵੀਰ ਦੀ ਮੈਂ ਗੱਲ ਕਰਦਾ, 10 ਥਾਨ ਇਹਨਾਂ ਨੇ ਭੇਜੇ ਆ, ਠੀਕ ਆ। ਇਹ ਪਤਾ ਨਹੀਂ ਕਿੱਧਰੋਂ ਕਿੱਧਰ ਕਿਹਦੇ ਸਿਰ 'ਤੇ ਦਸਤਾਰ ਸਜ ਜਾਣੀ ਆ, ਮਤਲਬ ਇਹਦਾ ਕੋਈ ਪਤਾ ਨਹੀਂ, ਪਰਮਾਤਮਾ ਨੇ ਆਪੇ ਸੰਗਤ ਭੇਜੀ ਜਾਣੀ ਆ, ਆਪੇ ਹੀ ਦੇਣ ਵਾਲੇ ਭੇਜੀ ਜਾਂਦਾ, ਆਪੇ ਹੀ ਬਣਾਉਣ ਵਾਲੇ ਭੇਜੀ ਜਾਂਦਾ ਜੀ। ਇਹ ਉਪਰਾਲਾ ਪਰਮਾਤਮਾ ਜਿੰਨਾ ਚਿਕਰ ਚੱਲਦਾ ਚੱਲੀ ਜਾਊਗਾ ਜੀ। ਜੀ, ਇਹ ਉਪਰਾਲਿਆਂ ਦੇ ਕਾਰਨ ਵੀਰ ਜੀ ਅੱਜ ਜਿਹੜੀ ਸੰਗਤ ਪਹੁੰਚਦੀ ਆ, ਬਹੁਤ ਸਾਰੇ ਵੀਰ ਨੇ ਦਸਤਾਰਾਂ ਸਜਾਈਆਂ ਨੇ, ਦਮਾਲੇ ਸਜਾਏ ਨੇ। ਪਹਿਲਾਂ ਦੇਖਦੇ ਸੀਗੇ ਟੋਪੀਆਂ ਲੈ ਕੇ ਨੌਜਵਾਨ ਫਿਰਦੇ ਸੀਗੇ, ਪਰ ਇਹਦੇ ਕਾਰਨ ਉਹ ਫਰਕ ਬਹੁਤ ਪਿਆ ਏ। ਤੁਹਾਨੂੰ ਸਾਰਿਆਂ ਨੂੰ ਜ਼ਿਆਦਾ ਜਿਹੜੀ ਸਿੱਖੀ ਆ ਫਤਿਹਗੜ੍ਹ ਸਾਹਿਬ 'ਚ ਮਿਲੂਗੀ, ਤੁਸੀਂ ਚੈੱਕ ਵੀ ਕਰ ਲਿਓ, ਤੁਸੀਂ ਹੋਰ ਵੀ ਜਾਣੇ, ਇਹ ਨਹੀਂ ਮੈਂ ਕਹਿੰਦਾ ਵੀ ਕਿਤੇ ਹੋਰ, ਜਾਣੀ ਦੀ ਜਿੰਨੀ ਉਰੇ ਸਿੱਖੀ ਨੂੰ ਪ੍ਰਫੁੱਲਤ ਮਿਲੀ ਆ, ਨਾ ਇੱਡੂ ਵੱਡੀ ਕਿਤੇ ਧਰਤੀ ਆ ਅਤੇ ਨਾ ਹੋਵੇਗੀ। ਇਸ ਕਰਕੇ ਜਿਹੜਾ ਪੱਗਾਂ ਦਾ ਕਰੇਜ਼ ਆ ਬਹੁਤ ਜ਼ਿਆਦਾ ਤੁਹਾਨੂੰ ਇੱਥੇ ਮਿਲੂਗਾ, ਇਸੇ ਕਰਕੇ ਸਾਡਾ ਇਹ ਲੰਗਰ ਪੱਗਾਂ ਦਾ ਦਸਤਾਰਾਂ ਦਾ ਲਾਇਆ ਹੈ ਜੀ। ਵੀਰ ਨੇ ਸਾਡੇ ਨਾਲ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਸਾਹਿਬ ਵਾਹੀ ਫਤਿਹ ਜੀ। ਰੋਬਿਨ ਸਿੰਘ ਜੀ, ਕਿੱਥੋਂ ਆਏ ਹੋ? ਮੈਂ ਲੁਧਿਆਣੇ ਤੋਂ ਜੀ। ਕਿਸ ਤਰ੍ਹਾਂ ਦੇਖਦੇ ਹੋ ਜੀ ਵੀਰਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ, ਤੁਸੀਂ ਵੀ ਬਹੁਤ ਸੋਹਣੀ ਦਸਤਾਰ ਸਜਾਈ ਆ, ਕਿਸ ਤਰ੍ਹਾਂ ਲੱਗ ਰਿਹਾ ਦੇਖ ਕੇ? ਦਸਤਾਰ ਦੀ ਅਹਿਮੀਅਤ ਸਾਡੀ ਸਿੱਖ ਸਮਾਜ ਦੇ ਵਿੱਚ ਬਹੁਤ ਵੱਡੀ ਆ। ਹਾਂਜੀ, ਬਹੁਤ ਵਧੀਆ ਲੱਗ ਰਿਹਾ ਵਾ, ਦੇਖ ਰਿਹਾ ਵਾ ਵੀ ਪਹਿਲਾਂ ਟੋਪੀਆਂ ਬੰਨ੍ਹ ਕੇ ਆਉਂਦੇ ਸੀਗੇ, ਅੱਜ ਕੱਲ੍ਹ ਸਾਰੇ ਸਰਦਾਰ, ਜਿਵੇਂ ਕਦੇ ਕੋਈ ਕਹਿੰਦਾ ਵਾ ਵੀ ਪਟਿਆਲਾ 'ਚ ਹੀ ਪੱਗ ਬੰਨ੍ਹਣੀ ਆ, ਮਤਲਬ ਸਾਰਿਆਂ ਨੂੰ ਚਾਅ ਵਾ, ਮੈਂ ਦੇਖਦਾ ਸਾਰੇ ਲਾਈਨਾਂ 'ਚ ਲੱਗੇ ਹੋਏ ਨੇਗੇ, ਅਤੇ ਹਰੇਕ ਤਾਂ ਚਾਹੁੰਦੇ ਨੇ ਵੀ ਪੂਰੇ ਸਿੰਘ ਸਜੀਏ, ਅਸੀਂ ਪ੍ਰਣ ਕਰ ਰਹੇ ਨੇਗੇ, ਦੇਖ ਰਿਹਾ ਜੀ।
ਸੋ ਹੋਰ ਵੀ ਵੀਰ ਨੇ ਇੱਥੇ, ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਕੀ ਨਾਮ ਹੈ ਜੀ? ਮੇਰਾ ਜਸਵਿੰਦਰ ਸਿੰਘ ਜੀ। ਤੁਸੀਂ ਵੀ ਇਸ ਸੰਸਥਾ ਨਾਲ? ਜੀ ਜੀ ਹਾਂਜੀ। ਭਾਜੀ ਕੀ ਕਹੇਂਗੇ ਤੁਸੀਂ, ਜਿਹੜੀਆਂ ਸੰਗਤਾਂ ਦਸਤਾਰਾਂ ਸਜਾ ਰਹੀਆਂ ਨੇ ਜਾਂ ਜਿਹੜੇ ਇੱਥੇ ਆ ਰਹੇ ਨੇ, ਉਹਨਾਂ ਨੂੰ ਕੀ ਕਹੇਂਗੇ? ਉਹ ਉਪਰਾਲੇ ਬਹੁਤ ਵਧੀਆ ਕੀਤੇ ਜਾ ਰਹੇ ਨੇ, ਅਤੇ ਕੀ ਮੈਸੇਜ ਲਾਏਂਗੇ ਤੁਸੀਂ? ਮੈਸੇਜ ਤਾਂ ਆਈ ਹੈ ਜੀ, ਸਾਡੇ ਵਾਸਤੇ ਐਡੀਆਂ ਸ਼ਹੀਦੀਆਂ ਕਰਕੇ ਗਏ ਆ, ਤਾਂ ਤੁਹਾਨੂੰ ਉਰੇ ਆ ਕੇ ਥੋੜ੍ਹਾ ਮੋਟਾ, ਜੇ 100 ਬੰਦੇ ਦੇ ਵਿੱਚੋਂ 50 ਬੰਦਿਆਂ ਨੇ ਵੀ ਦਾੜੀ ਕੇਸ ਰੱਖ ਲਏ ਤਾਂ ਸਾਡਾ ਇਹ ਉੱਦਮ ਸਫਲ ਹੋ ਜਾਉ। ਹਾਂਜੀ, ਅਤੇ ਜਿਵੇਂ ਹੁਣ ਅਸੀਂ ਪ੍ਰਣ ਕਰਾਉਣੇ ਹੁੰਦੇ ਹਾਂ ਵੀ ਅੱਜ ਤੋਂ ਬਾਅਦ ਦਸਤਾਰ ਸਜਾਵਾਂਗਾ, ਅਤੇ ਅਸੀਂ ਉਹਨੂੰ ਨਵੀਂ ਦਸਤਾਰ ਵੀ ਦਿੰਦੇ ਹਾਂ। ਹੋਰ ਬਹੁਤ ਕੋਚ ਆਉਂਦੇ ਨੇ, ਸੋਹਣੀਆਂ ਸੋਹਣੀਆਂ ਪੱਗਾਂ ਬੰਨੀਆਂ ਹੋਈਆਂ ਨੇ, ਕਈ ਪੁਰਾਣੇ ਵੀ ਆਏ ਨੇ ਕਿ ਇੱਥੇ ਜਿਹੜੇ ਸਾਤੋਂ ਪ੍ਰਣ ਕਰਕੇ ਦਸਤਾਰਾਂ ਸਜਾਵਾ ਕੇ ਗਏ ਸੀ, ਉਹਨਾਂ ਨੇ ਆ ਕੇ ਸਾਨੂੰ ਦੁਬਾਰਾ ਦਸਤਾਰਾਂ ਦਿਖਾਈਆਂ ਕਿ ਅਸੀਂ ਬੰਨਣ ਲੱਗ ਗਏ ਹਾਂ ਦੁਬਾਰਾ। ਜਿਵੇਂ ਹੁਣ ਅਸੀਂ ਪ੍ਰਣ ਕਰਕੇ ਜੀ ਵਾਹਿਗੁਰੂ ਖਾਲਸਾ ਫਤਿਹ ਜਕਾਰਾ ਛਡਾ ਕੇ ਵੀਰ ਜੀ ਤੋਂ ਦਵਾਇਆ। ਹਾਂਜੀ, ਹੋਰ ਵੀ ਵੀਰ ਨੇ ਸਾਡੇ ਨਾਲ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਦਸਤਾਰਾਂ ਦੇ ਲੰਗਰ ਲਗਾਏ ਗਏ ਨੇ, ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ, ਕਿੰਨੇ ਟਾਈਮ ਤੋਂ ਚੱਲ ਰਹੇ ਜੀ ਇਹ? ਗੁਰੂ ਸਾਹਿਬ ਦੀ ਕਿਰਪਾ ਨਾਲ 10-12 ਸਾਲ ਹੋ ਗਏ ਜੀ ਸਾਨੂੰ ਇਹ ਕੰਮ ਕਰਦੇ ਨੂੰ। ਪਹਿਲਾਂ ਅਸੀਂ ਬੰਦਾ ਮਾਤਾ ਗੁਰੀ ਕਾਲਜ ਦੇ ਮੂਹਰੇ ਲਾਉਂਦੇ ਹੁੰਦੇ ਸੀਗੇ ਜੀ, ਉਹ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਨੇ ਜਿਹੜਾ ਸਾਡਾ ਸਹਿਯੋਗ ਦਿੱਤਾ, ਬਹੁਤ ਵਧੀਆ ਤਰੀਕੇ ਨਾਲ ਜਿਹੜੇ ਇਹ ਦਸਤਾਰ ਜਿਹੜੇ ਕੈਂਪ ਨੇ ਇਹ ਚੱਲਦੇ ਨੇ। ਇਹਦੇ 'ਚ ਸਭ ਤੋਂ ਵੱਧ ਜਿਹੜਾ ਸਹਿਯੋਗ ਹੁੰਦਾ ਹੈ ਉਹ ਸੰਗਤ ਦਾ ਹੁੰਦਾ ਜੀ, ਅਤੇ ਜਿਹੜੀ ਆਪਣੀ ਵੈਲਫੇਅਰ ਸੁਸਾਇਟੀ ਹੈ ਇਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ, ਅਤੇ ਸ਼੍ਰੋਮਣੀ ਕਮੇਟੀ ਸਾਨੂੰ ਇਹ ਜਗ੍ਹਾ ਦਿੰਦੀ ਹੈ ਜੀ, ਜਿਹਦੇ ਲਈ ਅਸੀਂ ਇਹ ਉਪਰਾਲੇ ਜਿਹੜੇ ਹਰੇਕ ਸਾਲ ਇੱਥੇ ਬੜੇ ਵਧੀਆ ਤਰੀਕੇ ਨਾਲ ਸਜਾਉਣ ਕਰਾਉਂਦੇ ਹਾਂ। ਅਤੇ ਜਿਹੜੇ ਵੀ ਸਿੰਘ ਆਪਣੇ ਬਾਹਰੋਂ ਆਉਂਦੇ ਨੇ, ਜਿਹੜੇ ਆਪਣੇ ਸਿੰਘ ਦਸਤਾਰ ਸਜਾਉਣ ਆਉਂਦੇ ਨੇ ਨਾ, ਦਸਤਾਰ ਕੋਚ ਹੁੰਦੇ ਨੇ, ਉਹਨਾਂ ਦੀ ਰਿਹਾਇਸ਼ ਦਾ ਜਿਹੜਾ ਹੈਗਾ ਉਹ ਵੀ ਬੰਦਾ ਸਿੰਘ ਬਹਾਦਰ ਕਾਲਜ ਦੀ ਮੈਨੇਜਮੈਂਟ ਕਰਦੀ ਹੈ ਜੀ। ਕਿੱਦਾਂ ਜੀ ਫਿਰ ਤੁਸੀਂ ਕਿੱਦਾਂ ਇਹਨਾਂ ਜਿਹੜੇ ਦਸਤਾਰ ਕੋਚ ਨੇ ਇੱਥੇ ਦਸਤਾਰਾਂ ਸਜਾਉਣ ਆਉਂਦੇ ਨੇ, ਉਹਨਾਂ ਨਾਲ ਕਿੱਦਾਂ ਸੰਪਰਕ ਕਰਦੇ ਹੋ, ਕਿੱਦਾਂ ਤੁਹਾਡੇ ਕੋਲ ਪਹੁੰਚ? ਸਾਡੇ ਕੋਲ ਜੀ ਗਰੁੱਪ ਬਣੇ ਹੋਏ ਨੇ, ਵੈਸੇ ਤਾਂ ਇਹ ਜਿਹੜੇ ਦਸਤਾਰ ਕੋਚ ਨੇ ਸਾਡੇ ਇਹ ਕਾਫੀ ਸਮੇਂ ਤੋਂ ਪੁਰਾਣੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਉਹਦੇ ਵਿੱਚ ਆਪਣੀ ਐਡਵਰਟਾਈਜ਼ਮੈਂਟ ਆਪਣਾ ਜਿਹੜੀ ਐਡ ਆਈ ਦਿੰਦੇ ਹਾਂ ਕਿ ਅਸੀਂ ਦਸਤਾਰ ਕੈਂਪ ਲਾਇਆ ਜਾਂ ਕਿਤੇ ਵੀ ਅਸੀਂ ਕੈਂਪ ਲਾਉਂਦੇ ਹਾਂ, ਇੱਥੇ ਨਹੀਂ ਜੀ ਅਸੀਂ ਕਿਤੇ ਵੀ ਕੈਂਪ ਲਾਉਂਦੇ ਹਾਂ, ਜਿਹੜੇ ਵੀ ਇੰਟਰਸਟਡ ਹੁੰਦੇ ਨੇ, ਜਿਹੜੇ ਆਉਣਾ ਚਾਹੁੰਦੇ ਨੇ, ਜਿਹੜੇ ਸੇਵਾ ਕਰਨਾ ਚਾਹੁੰਦੇ ਨੇ, ਉਹ ਸਾਡੇ ਨਾਲ ਉੱਥੇ ਜੁੜਦੇ ਨੇ ਜੀ ਆ ਕੇ। ਅਤੇ ਜਿਹੜੀ ਸੰਗਤ ਆ, ਸੰਗਤ ਨੂੰ ਹਲੂਰਾ ਦੇਣ ਵਾਸਤੇ ਜੀ ਅਸੀਂ ਆਪਣੀ ਐਡਵਰਟਾਈਜ਼ਮੈਂਟ ਕਰਦੇ ਹਾਂ, ਸੰਗਤ ਨੂੰ ਪਤਾ ਲੱਗਦਾ ਹਰੇਕ ਸਾਲ ਤੋਂ ਇੱਥੇ ਦਸਤਾਰ ਕੈਂਪ ਚੱਲਦਾ, ਅਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ, ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ ਜੀ ਜਿਹੜੇ ਦਸਤਾਰ ਸਿੱਖਣ ਵੀ ਆਉਂਦੇ ਨੇ, ਜਿਹੜੇ ਪ੍ਰਣ ਕਰਕੇ ਜਾਂਦੇ ਨੇ। ਸਭ ਤੋਂ ਜਿਹੜੀ ਵੱਡੀ ਗੱਲ ਆ ਇੱਥੇ ਕਿ ਜਿਹੜੇ ਪ੍ਰਣ ਕਰਕੇ ਜਾਂਦੇ ਨੇ ਬੱਚੇ, ਪਿਛਲੇ ਸਾਲ ਜਿਹੜੇ ਪ੍ਰਣ ਕਰਕੇ ਗਏ ਸੀਗੇ ਉਹ ਦੁਬਾਰਾ ਸਾਨੂੰ ਇੱਥੇ ਮਿਲਣ ਆਉਂਦੇ ਨੇ, ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਪੁਰਾਣੇ ਬੱਚੇ ਇਹ ਤੋਂ ਦਸਤਾਰ ਲੈ ਕੇ ਜਾਂਦੇ ਨੇ, ਉਹ ਕਹਿੰਦੇ ਜੀ ਦਸਤਾਰ ਪਿਛਲੇ ਸਾਲ ਤੁਹਾਡੇ ਕੋਲ ਲਈ ਸੀਗੀ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਦਾੜੇ ਦੇ ਪ੍ਰਕਾਸ਼ ਕੀਤੇ ਹੋਏ ਨੇ, ਹੈ ਨਾ, ਆਪਣੀ ਦਸਤਾਰ ਸਿੱਖੀ ਵੀ ਹੋਈ ਆ ਅਤੇ ਸਿਖਾਉਂਦੇ ਵੀ ਨਹੀਂ ਅੱਗੇ, ਇਹ ਸਿਖਾਉਂਦੇ ਵੀ ਨਹੀਂ ਜੀ, ਇੱਥੇ ਵੀ ਸੇਵਾ ਕਰਦੇ? ਬਿਲਕੁਲ ਜੀ, ਆ ਕੇ ਜਿਹੜੇ ਸੇਵਾ ਕਰਦੇ ਨੇ ਉਰੇ ਬਹੁਤ ਸਾਰੇ ਹੈ ਜਿਹੇ ਨੇ। ਸਾਡੇ ਯੂਪੀ ਅਸੀਂ ਰਾਮਰਾਜ ਦੇ ਵਿੱਚ ਇੱਕ ਕੈਂਪ ਲਾਇਆ ਸੀਗਾ, ਬਹੁਤ ਟਾਈਮ ਪਹਿਲਾਂ ਮੈਂ ਉੱਥੇ ਗਿਆ ਸੀ ਕੈਂਪ ਲਾਉਣਾ ਸੀ, ਇੱਕ ਉੱਥੇ ਦਸਤਾਰ ਕੋਚ ਮੁੰਡਾ ਤਿਆਰ ਕੀਤਾ ਸੀ, ਅਤੇ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਅੱਜ ਉੱਥੇ ਪੂਰੇ ਮੇਰਠ ਦੇ ਵਿੱਚ ਯੂਪੀ ਦੇ ਵਿੱਚ ਦਸਤਾਰ ਕੈਂਪ ਲਾਉਂਦਾ, ਅਤੇ ਅੱਜ ਉਸ ਦਿਨ ਤੋਂ ਬਾਅਦ ਸਾਨੂੰ ਕਦੇ ਉਹਨਾਂ ਨੇ ਬੁਲਾਇਆ ਨਹੀਂ ਅੱਜ ਤੱਕ, ਕਿਉਂਕਿ ਉਹ ਮੁੰਡਾ ਉੱਥੇ ਸਾਰੇ ਕੈਂਪ ਲਾਉਣ ਲੱਗ ਗਿਆ। ਇਹ ਕਿਰਪਾ ਹੋਈ ਹੈ ਗੁਰੂ ਸਾਹਿਬ ਦੀ, ਅਸੀਂ ਆਪਣੇ ਇੰਡੀਪੈਂਡੈਂਟ ਕਰਦੇ, ਹਰੇਕ ਬੰਦੇ ਨੂੰ ਡਿਪੈਂਡ ਨਹੀਂ ਰੱਖਦੇ ਕਿਸੇ 'ਤੇ ਵੀ, ਅਸੀਂ ਦਸਤਾਰ ਸਿਖਾਉਣ ਦਾ ਸਾਡਾ ਜਿਹੜਾ ਮਕਸਦ ਹੈ ਕਿ ਬੰਦਾ ਡਿਪੈਂਡ ਹੋ ਜਾਵੇ ਆਪਣੇ ਆਪ 'ਤੇ, ਅਤੇ ਕਿਰਪਾ ਕਰਨ ਸਾਹਿਬਜ਼ਾਦੇ ਕਿ ਸਾਰਾ ਜਿਹੜਾ ਆਪਣਾ ਇਹ ਜਿਹੜੀ ਸਭਾ ਭਰ ਰਹੀ ਹੈ ਸ਼ਹੀਦਾਂ ਨੂੰ, ਜਿਹੜੀ ਆਪਾਂ ਸ਼ਰਧਾਂਜਲੀ ਭੇਟ ਕਰਨੇ ਹਾਂ, ਅਸਲ ਸ਼ਰਧਾਂਜਲੀ ਇਹ ਹੈ ਅਸੀਂ ਆਪਣੀ ਸ਼ਹੀਦਾਂ ਨੂੰ ਜਿਹੜੀ ਦੇਣੀ ਹੈ ਕਿ ਅਸੀਂ ਦਸਤਾਰ ਜਿਹੜੀ ਹੈ ਸਿਰ 'ਤੇ ਸਜਾਈਏ, ਦਾੜੀ ਕੇਸ ਨਾ ਕਟਾਈਏ। ਸਭ ਤੋਂ ਵੱਡੀ ਸ਼ਰਧਾਂਜਲੀ ਇਹ ਹੋ ਸਕਦੀ ਹੈ, ਉਹਨਾਂ ਤੋਂ ਵੱਡੀ ਸ਼ਰਧਾਂਜਲੀ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਹੋ ਸਕਦੀ ਹੈ ਕਿ ਅਸੀਂ ਆਪਣੇ ਜਿਹੜੇ ਦਾੜੀ ਕੇਸ ਨਾ ਕਟਾਈਏ। ਸਾਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਗਏ ਕਿ ਤੁਸੀਂ ਦਾੜੀ ਕੇਸ ਕਟਾ ਕੇ ਤੁਸੀਂ ਸਾਡਾ ਧਰਮ ਅਪਣਾ ਲਓ। ਬਹੁਤ ਸਾਰੇ ਜਿਹੜੇ ਹੈਗੇ ਆਪਾਂ ਨੂੰ ਉਹ ਸਾਹਿਬਜ਼ਾਦਿਆਂ ਨੂੰ ਦਿੱਤੇ ਗਏ, ਰਾਜ ਭਾਗ ਦੇ ਦਿੱਤੇ ਗਏ, ਹੀਰੇ ਮੋਤੀ, ਹੈ ਨਾ, ਉਹਨਾਂ ਨੇ ਕੁੜੀਆਂ ਤੱਕ ਵੀ ਪੇਸ਼ ਕੀਤੀਆਂ ਗਈਆਂ ਕਿ ਤੁਸੀਂ ਜੇ ਤੁਹਾਨੂੰ ਚਾਹੀਦੇ ਨੇ ਵਿਆਹ ਕਰਾਉਣ ਵਾਸਤੇ ਤੁਹਾਨੂੰ ਉਹ ਵੀ ਦੇਵਾਂਗੇ। ਪਰ ਅੱਜ ਦੇ ਸਮੇਂ ਵਿੱਚ ਜਿਹੜਾ ਨੌਜਵਾਨ ਹੈ, ਮੈਨੂੰ ਸਮਝ ਨਹੀਂ ਆਉਂਦੀ ਕਿ ਨੌਜਵਾਨ ਨੂੰ ਕਿਹੜਾ ਲਾਲਚ ਹੈ, ਕਿਹੜੀ ਚੀਜ਼ ਦਾ ਲਾਲਚ ਹੈ ਜਿਹੜਾ ਉਹ ਆਪਣੇ ਦਾੜੀ ਕੇਸ ਕਤਲ ਕਰਾਈ ਜਾਂਦਾ। ਇਹ ਸਾਨੂੰ ਸਾਡੀ ਸਮਝ ਤੋਂ ਬਾਹਰ ਹੋਈ ਪਈ ਹੈ।
ਅਤੇ ਬਹੁਤ ਵੱਡਾ ਉਪਰਾਲਾ ਹੈ ਸਾਡੇ ਦਸਤਾਰ ਕੋਚ ਵੀਰਾਂ ਦਾ, ਬਹੁਤ ਵੱਡਾ ਯੋਗਦਾਨ ਆ। ਅੱਜ ਤੁਹਾਨੂੰ ਜਿੱਥੇ ਵੀ ਦਸਤਾਰਾਂ ਦਿਖ ਰਹੀਆਂ ਨੇ, ਇਹ ਦਸਤਾਰ ਕੋਚਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ ਹਰ ਇੱਕ ਇਲਾਕੇ ਦੇ ਵਿੱਚ। ਅੱਜ ਤੋਂ 2 ਸਾਲ ਮੈਨੂੰ ਲੱਗਦਾ 2009 ਦੇ ਵਿੱਚ ਬਹੁਤ ਜ਼ਿਆਦਾ ਕਟਿੰਗ ਚੱਲ ਪਈ ਸੀ, ਵੈਸਟਰਨ ਜਿਹੜੀ ਕਟਿੰਗ ਸੀਗੀ ਉਹ ਬਹੁਤ ਜ਼ਿਆਦਾ ਚਾਈਨਾ ਕਟਿੰਗ ਚਾਈਨਿੰਗ ਜਿਹੜੀ ਕਟਿੰਗ ਕਹਿੰਦੇ ਆ ਬਹੁਤ ਸ਼ੁਰੂ ਹੋ ਗਈ ਸੀ ਉਹ, ਹਰੇਕ ਬੰਦਾ ਕਟਿੰਗ ਕਰਾਉਣ ਲੱਗਾ ਸੀ। ਅੱਜ ਸਾਹਿਬਜ਼ਾਦੇ ਦੀ ਐਡੀ ਕਿਰਪਾ ਹੋਈ ਹੈ, ਇਸ ਇਲਾਕੇ 'ਤੇ ਐਡੀ ਕਿਰਪਾ ਹੋਈ ਹੈ ਕਿ ਹਰੇਕ ਬੰਦਾ ਚਾਹੁੰਦਾ ਕਿ ਮੈਂ ਦਸਤਾਰ 'ਚ ਆਵਾਂ, ਹਰੇਕ ਬੰਦਾ ਦਸਤਾਰ ਸਿੱਖਣਾ ਚਾਹੁੰਦਾ। ਸਾਡੇ ਕੋਲ ਪਰਸਨਲ ਸਾਡੀਆਂ ਅਕੈਡਮੀਆਂ 'ਤੇ ਲੋਕ ਬੱਚੇ ਆਉਂਦੇ ਨੇ ਕਿ ਅਸੀਂ ਮਾਂ ਬਾਪ ਵੀ ਲੈ ਕੇ ਆਉਂਦੇ ਨੇ, ਦਿਨ ਵੀ ਸ਼ਾਮ ਨੂੰ ਲਵਾ ਸਾਡੀ ਕਲਾਸ, ਚਾਹੇ ਦਿਨੇ ਲਵਾ ਦਿਉ, ਬਹੁਤ ਉਤਸ਼ਾਹਤ ਨੇ ਲੋਕ ਦਸਤਾਰ ਸਿੱਖਣ ਲਈ। ਔਰ ਮੈਨੂੰ ਲੱਗਦਾ ਜਿਹੜਾ ਸਾਹਿਬਜ਼ਾਦੇ ਦਾ ਜੋ ਸੁਨੇਹਾ ਸੀਗਾ ਉਹ ਘਰ ਘਰ ਪਹੁੰਚ ਰਿਹਾ ਅਤੇ ਆਪਣੇ ਜਿਹੜੇ ਦਸਤਾਰ ਕੋਚ ਨੇ ਉਹ ਬਹੁਤ ਵੱਡੀ ਸੇਵਾ ਲੈ ਰਹੇ ਨੇ। ਇਹ ਸ਼ਹੀਦੀ ਸਮਾਗਮਾਂ ਤੋਂ ਇਲਾਵਾ ਵੀ ਜਿਹੜੇ ਤੋਂ ਕੋਚਿੰਗ ਹੈ ਚੱਲਦੀ ਰਹਿੰਦੀ ਇਸ ਸਿਖਲਾਈ? ਹਾਂਜੀ ਹਾਂ ਬਿਲਕੁਲ ਜੀ, ਗੁਰਪਾ ਸਾਹਿਬਜ਼ਾਦਿਆਂ ਦੀ ਜਿਹੜੇ ਆਪਣੇ ਇਹ ਦਸਤਾਰ ਕੈਂਪ ਨੇ, ਇਹ ਆਪਾਂ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਸਾਹਿਬ ਸਭਾ ਨੂੰ ਲੱਗਦਾ, ਆਪਣਾ ਸੰਗਰਾਂਦ ਨੂੰ ਲੱਗਦਾ ਜੀ ਉਰੇ, ਅਤੇ ਇਹ ਸੰਗਰਾਂ ਹਰੇਕ ਸੰਗਰਾਂਦ ਉਰੇ ਬੱਚੇ ਆਪਣੇ ਜਿਹੜੇ ਨੇਗੇ ਉਹ ਦਸਤਾਰ ਸਿਖਲਾਈ ਕੈਂਪ ਲਾਉਂਦੇ ਨੇ। ਅਤੇ ਆਪਾਂ ਪਰਸਨਲ ਜਿਹੜੀਆਂ ਅਕੈਡਮੀਆਂ ਖੋਲੀਆਂ ਹੋਈਆਂ ਨੇ, ਜਿਵੇਂ ਕਿ 24 ਘੰਟੇ ਆਪਣਾ ਸਿਸਟਮ ਦਿੱਤਾ ਹੋਇਆ ਸੀ, ਉੱਥੇ ਬੱਚੇ ਰੱਖੇ ਹੋਏ ਨੇ ਜਿਹੜੇ ਮੁੰਡੇ ਆਪਣੇ ਦਸਤਾਰ ਕੋਚ ਨੇ, ਉਹ ਆਪਣੀ ਸਰਵਿਸ ਦਿੰਦੇ ਨੇ ਜੀ ਉੱਥੇ ਹਰ ਟਾਈਮ। ਹਾਂਜੀ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਵੀਰ ਜਿਨ੍ਹਾਂ ਨੇ ਕਿਹਾ ਕਿ ਤਕਰੀਬਨ 10-11 ਸਾਲ ਤੋਂ ਇਹ ਉਪਰਾਲੇ ਨੇ ਜਿਹੜੇ ਕਰ ਰਹੇ ਨੇ, ਸੋ ਉਪਰਾਲਿਆਂ ਨੂੰ ਬੂਰ ਵੀ ਪੈ ਰਿਹਾ। ਤੁਸੀਂ ਦੇਖ ਰਹੇ ਹੋ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ, ਨੌਜਵਾਨ ਨੇ ਜਿਹੜੇ ਪ੍ਰਣ ਕਰਕੇ ਕਿ ਅੱਜ ਤੋਂ ਬਾਅਦ ਕਤਲ ਨਹੀਂ ਕਰਾਵਾਂਗੇ ਕੇਸ ਅਤੇ ਦਸਤਾਰਾਂ ਸਜਾਵਾਂਗੇ, ਉਹ ਲੱਗੇ ਨੇ। ਸੋ ਅਜਿਹੇ ਉਪਰਾਲਿਆਂ ਦੇ ਕਾਰਨ ਹੀ ਅੱਜ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਸਿਰਾਂ 'ਤੇ ਦਸਤਾਰਾਂ ਦਿਖਾਈ ਦਿੰਦੀਆਂ ਨੇ। ਸੋ ਤੁਸੀਂ ਦੇਖ ਰਹੇ ਹੋ ਜੋ ਪਹਿਲਾਂ ਟਾਈਮ ਸੀਗਾ ਉਹਦੇ ਨਾਲੋਂ ਬਹੁਤ ਜ਼ਿਆਦਾ ਫਰਕ ਪਿਆ। ਇਹ ਨੌਜਵਾਨ ਨੇ ਜਿਹੜੇ ਜ਼ਿਆਦਾਤਰ ਦਸਤਾਰਾਂ ਦਿਖਾਈ ਦਿੰਦੀਆਂ ਨੇ, ਦਮਾਲੇ ਸਜਾ ਕੇ ਸ਼ਹੀਦੀ ਸਮਾਗਮਾਂ ਦੇ ਵਿੱਚ ਪਹੁੰਚ ਰਹੇ ਨੇ, ਸ਼ਹੀਦਾਂ ਨੂੰ ਨਮਨ ਕਰ ਰਹੇ ਨੇ। ਸੋ ਇਹ ਫਰਕ ਪੈਣ ਦਾ ਸਭ ਤੋਂ ਵੱਡਾ ਕਾਰਨ ਆ ਕਿ ਅਜਿਹੇ ਜਿਹੜੇ ਸਿਖਲਾਈ ਕੈਂਪ ਲੱਗਦੇ ਨੇ। ਸੋ ਅਜਿਹੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ ਜੋ ਅਜਿਹੇ ਉਪਰਾਲੇ ਕਰਦੇ ਨੇ। ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ, ਕੈਮਰਾਮੈਨ ਜਤਿੰਦਰ ਟਿਵਾਣਾ ਅਤੇ ਸੁਖਵੀਰ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਫਤਿਹਗੜ੍ਹ ਸਾਹਿਬ।